ਉਹ ਬੰਦੇ ਨੇ 2019 ਚ ਕੱਲ ਉਹਨੇ ਸਬੂਤ ਦਿਖਾਇਆ 2019 ਚ ਫੋਟੋਆਂ ਦਿਖਾਈਆਂ ਆਈਫੋਨ ਦਾ ਡਿਟੇਲ ਰੱਖਦਾ ਨਾ ਉਹਨੇ ਆਈਫੋਨ ਚ ਫੋਟੋਆਂ ਦਿਖਾਈਆਂ 2019 ਚ ਸਾਰੀਆਂ ਫਿਲਮਾਂ 2019 ਚ ਸ਼ੂਟ ਹੋਈਆਂ ਇਹਨੂੰ ਪਤਾ ਸੀ ਵੀ ਖੇਤੀ ਕਾਨੂੰਨ ਆ ਜਾਣਗੇ ਪਤਾ ਸੀਗਾ ਤੁਸੀਂ ਰਿਲਾਇੰਸ ਤੋਂ ਤੇਲ ਪਾਉਂਦੇ ਹੁੰਦੇ ਸੀ ਤੁਸੀਂ ਜੀਓ ਦੇ ਸਿਮ ਚਲਾਉਂਦੇ ਹੁੰਦੇ ਸੀ ਤੇ ਹੁਣ ਵੀ ਤੁਸੀਂ ਜੀਓ ਦੇ ਸਿਮ ਅਗਰੀ ਦੇ ਚਲਾਈ ਨਾ ਮੈਂ ਹੁਣੀ ਦੱਸ ਦੇਣਾ ਕਿਹੜੇ ਕਿਹੜੇ ਚਲਾਉਂਦੇ ਆ ਕਾਪਲ ਦੇ ਸੋਚਿਆ ਉਹ ਕਾਪਲ ਦੇ ਸੋਚ ਜਾਣੀ ਆ ਪੰਜਾਬੀ ਫਿਲਮਾਂ 4 ਕਰੋੜ ਮਿਲਦਾ ਉੱਥੇ ਉਹਨੂੰ 40-40 ਕਰੋੜ ਮਿਲਦਾ ਅਗਲੇ ਐਂ ਕਚਹਿਰੀਆਂ 'ਚ ਸਾਈਨ ਕਰਾਉਂਦੇ ਆ ਜੇ ਐਮੀ ਨਾ ਕਾਪਲ ਦੇ ਸੋਚ ਜਾਂਦਾ 120 ਕਰੋੜ ਰੁਪਈਏ ਦਾ ਉਹਦਾ ਕਲੇਮ ਪੈਣਾ ਸੀ ਫਿਰ ਆਪਾਂ ਭਰਨਾ ਸੀਗਾ ਉਹ ਕੀ ਕਰੇ ਫਿਲਮਾਂ ਰੋਕ ਕੇ ਕਿਵੇਂ ਜਿਹੜੇ ਪ੍ਰੋਡਿਊਸਰ ਨੇ ਪੈਸੇ ਲਾਏ ਆ ਉਹ ਰੋਕਦੇ ਨਹੀਂ ਉਹਨੇ ਜੇ ਪ੍ਰੋਡਿਊਸਰ ਨੇ ਮੰਨ ਲਓ 50 ਕਰੋੜ ਲਾਇਆ ਤੇ ਉਹਨੇ 100 ਕਰੋੜ ਬਣਾਉਣੇ ਵੀ ਆ ਐਮੀ ਦਾ ਕੀ ਕਸੂਰ ਆ ਹਾਲਾਂਕਿ ਐਮੀ ਠੋਕਰ ਮਾਰਦਾ ਸਾਰੇ ਕਾਸੇ ਨੂੰ ਜੇ ਐਮੀ ਹੁਣ ਕੋਈ ਫਿਲਮ ਕਰੂ ਐਮੀ ਹੁਣ ਵੀ ਕੋਈ ਜੀ ਨਾਲ ਕੰਮ ਕਰੂ ਕੁਛ ਵੀ ਕਰੂਗਾ ਮੈਂ ਐਮੀ ਦਾ ਮੈਂ ਜਲੂਸ ਕੱਢੂ ਐਮੀ ਦਾ ਐਮੀ ਦਾ ਫੁੱਲ ਜਾਣ ਯੋਗਦਾਨ ਐਮੀ ਮੈਨੂੰ ਰੋਜ਼ ਕਾਲਾਂ ਕਰਦਾ ਰਿਹਾ ਜਿੱਧਰ ਬਾਰਡਰ ਟੁੱਟਦੇ ਸੀ ਮੈਨੂੰ ਕਹਿੰਦਾ ਲੈ ਬਾਰਡਰ ਦਿਖਾ ਉੱਥੇ ਬਾਰਡਰ ਤੇ ਮੈਨੂੰ ਵੀਡੀਓ ਕਾਲਾਂ ਕਰਦਾ ਰਿਹਾ ਐਮੀ ਅਗਰੀ ਦੇ ਪੈਸੇ ਦੇ ਕੇ ਆ ਪੁਲਵਾਮਾ ਤੇ ਹਮਲਾ ਹੋਇਆ ਉੱਥੇ ਪੈਸੇ ਦਿੱਤੇ ਆ ਹੜ ਆਏ ਉੱਥੇ ਦਿੱਤੇ ਆ ਐਮੀ ਕਿਸੇ ਨੂੰ ਦੱਸਦਾ ਨਹੀਂ ਥਾਂ ਥਾਂ ਤੇ ਦਾਨ ਕਰਦਾ ਗਾ ਹਰ ਥਾਂ ਦਾਨ ਕਰਦਾ ਐਮੀ ਹਰ ਥਾਂ ਦਾਨ ਕਰਦਾ ਜਿਵੇਂ ਪਹਿਲਾਂ ਜੁੜਦੇ ਹੁੰਦੇ ਸੀ ਪੁਰਾਣੇ ਰੂਪ 'ਚ ਅੱਜ ਆਉਣਾ ਪੈ ਗਿਆ ਬਹੁਤ ਦਿਨ ਹੋ ਗਏ ਲੋਕ ਖੱਲ ਖਾਈ ਜਾਂਦੇ ਆ ਵੀ ਯਾਰ ਤੂੰ ਸਾਲ ਡੇਢ ਸਾਲ ਦਾ ਇੱਧਰ ਕਿਸਾਨਾਂ ਦੇ ਧਰਨੇ 'ਚ ਫਿਰਦਾ ਅੱਜ ਐਮੀ ਵਿਰਕ ਨੇ ਗਲਤ ਕੰਮ ਕਰਤਾ ਤੂੰ ਬੋਲਦਾ ਨਹੀਂ ਤੂੰ ਹੋਰਾਂ ਵਿਰੁੱਧ ਵੀ ਬੋਲੀ ਜਾਂਦਾ ਹਾਲਾਂਕਿ ਐਮੀ ਨੇ ਕੋਈ ਗਲਤ ਕੰਮ ਨਹੀਂ ਕੀਤਾ ਗੱਲਾਂ ਸੁਣ ਲਓ ਧਿਆਨ ਨਾਲ ਬਾਅਦ 'ਚ ਜਵਾਬ ਦਿਓ ਉਈ ਕਮੈਂਟ ਕਰਨ ਦੀ ਫੋਕੇ ਕਮੈਂਟ ਕਰਨ ਦੀ ਲੋੜ ਨਹੀਂ ਆਵਾਜ਼ ਦੱਸਦੇ ਆਉਂਦੀ ਆ ਸਹੀ ਆਵਾਜ਼ ਦੱਸਦੇ ਸਹੀ ਆਉਂਦੀ ਆ ਗੱਲ ਸੁਣ ਲਓ ਮੇਰੀ ਇੱਕ ਹਰੇਕ ਹੀ ਮੂੰਹ ਚੱਕ ਕੇ ਰੰਧਾਵੇ ਓ ਤੂੰ ਤਾਂ ਨਿੱਕਾ ਜਲਦਾਰ 3 'ਚ ਐਮੀ ਨਾਲ ਫਿਲਮ 'ਚ ਆਇਆ ਸੀ ਤੂੰ ਐਮੀ ਦੇ ਵਿਰੁੱਧ ਨਹੀਂ ਬੋਲਦਾ ਤੈਨੂੰ ਤਾਂ ਐਮੀ ਨੇ ਹੋਰ ਫਿਲਮਾਂ ਦੇਣੀਆਂ ਤੇਰੇ ਤਾਂ ਐਮੀ ਨੇ ਐਂ ਕਰਨਾ ਤੇਰੇ ਦਾ ਜਾ ਕਰਨਾ ਮੇਰੀ ਗੱਲ ਸੁਣ ਲਓ ਇੱਕ ਸੱਚ ਤੇ ਹਮੇਸ਼ਾ ਬੋਲਿਆ ਰੰਧਾਵਾ ਜਮਾਂ ਨਹੀਂ ਦੱਬਦੇ ਪਿਛਲੇ ਮਾਰਚ ਦੀਆਂ ਵੀਡੀਓ ਕੱਢ ਲਓ ਉਸ ਟਾਈਮ ਤਾਂ ਜੁਨੀਆਂ ਨਵੀਂ ਇਹ ਕੰਮ 'ਚ ਆਈ ਸੀ ਜਦੋਂ ਰੰਧਾਵੇ ਨੇ ਬਠਿੰਡਾ ਚੰਡੀਗੜ੍ਹ ਕੋਲੇ ਦੂਣ ਪਬਲਿਕ ਸਕੂਲ ਕੋਲੇ ਰੋਡ ਜਾਮ ਕਰਤੀ ਸੀ ਜਦੋਂ ਮੈਂ ਕਿਸਾਨੀ ਤੇ ਰੋਡ ਜਾਮ ਕੀਤੀ ਨਾ ਸਾਰਿਆਂ ਨੂੰ ਪਹਿਲਾਂ ਮੈਨੂੰ ਕਹਿੰਦਾ ਪਖੰਡ ਕਰਦਾ ਐਂ ਬਿੱਲ ਕੀ ਕਰ ਦੇਣਗੇ ਐਂ ਜ਼ਮੀਨਾਂ ਕਿਵੇਂ ਰੁਕ ਜਾਣਗੀਆਂ ਤਾਂ ਐਵੇਂ ਪਕਾਈ ਮਰੀ ਨਾ ਉਹ ਤਾਂ ਦਿੱਲੀ ਦਾ ਨੇੜੇ ਤੜੇ ਵੀ ਨਹੀਂ ਸੀ ਡੇਢ ਸਾਲ ਪਹਿਲਾਂ ਮਾਰਚ 'ਚ ਕਰਤੀ ਸੀ ਰੋਡ ਜਾਮ ਬਠਿੰਡਾ ਚੰਡੀਗੜ੍ਹ ਰੋਡ 'ਤੇ ਦੂਣ ਪਬਲਿਕ ਸਕੂਲ ਦੇ ਸਿਰਫ 5 ਜਣਿਆਂ ਨੇ ਰੋਡ ਜਾਮ ਕਰਤੀ ਸੀ ਸਰਟੀਫਿਕੇਟ ਮੰਨ ਲੈਂਦੇ ਹੋ ਵੀ ਰੰਧਾਵਾ ਤਾਂ ਐਮੀ ਨਾਲ ਫਿਲਮ 'ਚ ਆਇਆ ਜਾਂ ਐਮੀ ਤੋਂ ਫਿਲਮਾਂ ਮਿਲਣੀਆਂ ਤਾਂ ਨਹੀਂ ਬੋਲਦਾ ਹਰ ਸੱਚ 'ਤੇ ਬੋਲੂੰਗਾ ਦੱਬਦੇ ਨਹੀਂ ਕਿਸੇ ਤੋਂ ਕੋਈ ਮਰਜ਼ੀ ਹੋ ਜਾਏ ਗੱਲ ਲੈ ਜੇ ਮੈਨੂੰ ਪਤਾ ਵੀ ਮੈਂ ਉੱਥੇ ਕਿੰਨੀਆਂ ਰਾਤਾਂ ਕੱਟੀਆਂ ਬਾਰਡਰ 'ਤੇ ਕਿੰਨਾ ਚਿਰ ਹੋ ਗਿਆ ਧਰਨੇ 'ਚ ਫਿਰਦੇ ਨੂੰ ਮੈਨੂੰ ਪਤਾ ਇਕੱਲੇ ਕਮੈਂਟਾਂ ਕਰਨ ਜੋਗ ਰਿਹਾ ਗੱਲ ਸੁਣ ਲਓ ਮੇਰੀਆਂ ਫੁੱਲ ਗੱਲਾਂ ਸੁਣ ਲਿਓ ਪਹਿਲਾਂ ਫਿਰ ਉਹਦਾ ਜਵਾਬ ਦਿਓ ਗੱਲਾਂ ਇਹ ਆ ਵੀ ਭਗਵੰਤ ਮਾਨ ਨੂੰ ਮੈਂ ਮੰਗ ਪੱਤਰ ਦੇ ਕੇ ਗਿਆ ਜਦੋਂ ਜਾਣਦਾ ਵੀ ਨਹੀਂ ਸੀ ਕੋਈ ਬਿੱਲ ਆਇਆ ਗੋਲਡੀ ਕਾਂਗਰਸ ਵਾਲੇ ਨੂੰ ਮੈਂ ਦੇ ਕੇ ਮੈਨੂੰ ਕਹਿੰਦੇ ਤੂੰ ਕਾਂਗਰਸੀ ਆ ਜਿਵੇਂ ਭਗਵੰਤ ਮਾਨ ਨੂੰ ਮੰਗ ਪੱਤਰ ਦੇ ਕੇ ਗਿਆ ਆਇਆ ਕਹਿੰਦੇ ਤੂੰ ਆਮ ਆਦਮੀ ਦਾ ਫਿਰ ਮੈਂ ਗਿੱਦੜ ਵਾਹਲ ਡੈਂਪੀ ਨੂੰ ਦੇ ਆਇਆ ਕਾਲੀਆਂ ਦੇ ਨੂੰ ਫਿਰ ਮੈਨੂੰ ਕਹਿੰਦਾ ਤੂੰ ਕਾਲੀਆਂ ਦਾ ਅੱਜ ਤੋਂ 1.5 ਸਾਲ ਪਹਿਲਾਂ ਬਿੱਲਾਂ ਬਾਰੇ ਕੋਈ ਜਾਣਦਾ ਨਹੀਂ ਸੀ ਜਦੋਂ ਤੂੰ ਵੀਡੀਓ ਸਰਚ ਕੱਢ ਲਓ ਯੂਟਿਊਬ ਤੋਂ ਕੱਢ ਲਓ ਵੀਡੀਓ ਰੰਧਾਵਾ ਉਹ ਟਾਈਮ 'ਚ ਲੱਗ ਗਈ 1.5 ਸਾਲ ਪਹਿਲਾਂ ਅਸੀਂ ਤੁਰੇ ਫਿਰਦੇ ਹਾਂ ਦਰ ਰਾਤ ਉੱਥੇ ਬਾਰਡਰ 'ਤੇ ਰਾਤਾਂ ਕੱਟਣੀਆਂ ਹੋਰ ਕਰਨੀਆਂ ਮੈਂ ਸਾਨ ਨਹੀਂ ਕਰਦਾ ਜ਼ਮੀਨ ਮੇਰੀ ਵੀ ਜਾਂਦੀ ਆ ਜੇ ਐਤਕੀ ਮੈਂ ਝੋਨਾ ਲਾ ਸਕਦਾ ਤਾਂ ਐਮੀ ਦੀਆਂ ਫਿਲਮਾਂ ਆ ਸਕਦੀਆਂ ਹੁਣ ਐਮੀ ਦੀ ਗੱਲ ਸੁਣ ਲਓ ਪਹਿਲਾਂ ਕਲੀਅਰ ਕੀ ਚੱਕਰ ਆ ਗੱਲ ਇਹ ਆ ਆਹ ਬੋਲਦਾ ਨਾ ਬੈਠ ਤੂੰ ਚਮਚਾ ਐਮੀ ਦਾ ਕੀ ਚਮਚਾ ਮੈਂ ਐਮੀ ਦਾ ਚਮਚਾ ਕਿਉਂ ਬਣੂੰਗਾ ਕਮਾਲ ਆ ਯਾਰ ਕੀ ਐਮੀ ਨੇ ਮੇਰਾ ਕੀ ਸਿਸਟਮ ਆ ਉਦੋਂ ਫਿਲਮ ਕਰ ਲਈ ਮੈਂ ਨਿੱਕਾ ਜ਼ਿਆਦਾ 3 ਐਂ ਥੋੜ੍ਹਾ ਹੁੰਦਾ ਪੂਰੀ ਗੱਲ ਤਾਂ ਸੁਣੋ ਉਹ ਬੰਦੇ ਨੇ 2019 'ਚ ਕੱਲ੍ਹ ਉਹਨੇ ਸਬੂਤ ਦਿਖਾਇਆ 2019 'ਚ ਫੋਟੋਆਂ ਦਿਖਾਈਆਂ ਆਈਫੋਨ ਦਾ ਡਿਟੇਲ ਰੱਖਦਾ ਨਾ ਉਹਨੇ ਆਈਫੋਨ 'ਚ ਫੋਟੋਆਂ ਦਿਖਾਈਆਂ 2019 'ਚ ਸਾਰੀਆਂ ਫਿਲਮਾਂ 2019 'ਚ ਸ਼ੂਟ ਹੋਈਆਂ ਸਾਰਾ ਕੁਛ 2019 'ਚ ਹੋਇਆ ਐਮੀ ਨੂੰ ਉਦੋਂ ਪਤਾ ਸੀ ਵੀ ਖੇਤੀ ਕਾਨੂੰਨ ਆ ਜਾਣਗੇ ਪਤਾ ਸੀਗਾ ਤੁਸੀਂ ਰਿਲਾਇੰਸ ਤੋਂ ਤੇਲ ਪਾਉਂਦੇ ਹੁੰਦੇ ਸੀ ਤੁਸੀਂ ਜੀਓ ਦੇ ਸਿਮ ਚਲਾਉਂਦੇ ਹੁੰਦੇ ਸੀ ਤੇ ਹੁਣ ਵੀ ਤੁਸੀਂ ਜੀਓ ਦੇ ਸਿਮ ਅਗਰੀ ਦੇ ਚਲਾਈ ਨਾ ਮੈਂ ਹੁਣੀ ਦੱਸ ਦੇਣਾ ਕਿਹੜੇ ਕਿਹੜੇ ਚਲਾਉਂਦੇ ਆ ਆਹ ਪਰਸ 'ਚ ਉੱਥੇ ਅਸੀਂ ਡੀ ਸੀ ਦਫ਼ਤਰ 'ਚੋਂ ਡਿਟੇਲ ਕਢਾਈ ਆ ਦੁਬਾਰੇ ਫਿਰ ਤੁਸੀਂ ਉਹਨੇ ਜੀਓ ਦੇ ਸਿਮ ਚਲਾਉਣ ਲੱਗ ਗਏ ਫਿਰ ਤੁਸੀਂ ਸੁਖਵੀਰ ਬਾਦਲ ਨਾਲ 250 ਮੋਟਰਸਾਈਕਲ ਲਈ ਫਿਰਦੇ ਹੋ ਕਾਂਗਰਸੀਆਂ ਨਾਲ ਤੁਰੇ ਫਿਰਦੇ ਹੋ ਵੋਟ ਫਿਰ ਅਕਾਲੀ ਕਾਂਗਰਸ ਨੂੰ ਪਾਉਣੇ ਆ ਹਾਲਾਂਕਿ ਤੁਹਾਡੀਆਂ ਸਰੇਆਮ ਜ਼ਮੀਨਾਂ ਵੇਚ ਆਏ ਸਰੇਆਮ ਜ਼ਮੀਨਾਂ ਤੁਹਾਡਾ ਕੋਈ ਹੱਲ ਨਹੀਂ ਠੀਕ ਆ ਤੁਹਾਡੀਆਂ ਸਰੇਆਮ ਜ਼ਮੀਨਾਂ ਵੇਚ ਆਏ ਆ ਦੁਨੀਆਂ ਨੂੰ ਵੀ ਚਾਹੀਦਾ ਵੀ ਕੋਈ ਕਾਨੂੰਨ ਬਣਾਵੇ ਕਲਾਕਾਰਾਂ 'ਤੇ ਵੀ ਇੱਦੂ ਹੱਦ ਨਹੀਂ ਟੱਪਣੀ ਵੀ ਕਿਹੜੀਆਂ ਫਿਲਮਾਂ ਕਰਨੀਆਂ ਕੀ ਕਰਨਾ
कमाल है यार, ओदियां 2019 च सूट होईयां सारियां फिल्मां, ठीक है, हुण रिलीज बिच कही जांदे कपल दे सोच है, ओह कपल दे सोच जाणी आ, पंजाबी फिल्मां 4 करोड़ मिलदा उत्थे उहनूं 40-40 करोड़ मिलदा, अगले ऐं कचहरियां च सैन कराउंदे आ, जे एमी ना कपल दे सोच आंदा 120 करोड़ रुपये दा उहदा क्लेम पैणा सी, फिर आपां भरना सीगा, अगले नूं पती आ। फिर एमी दी धरने दी वी गल दस्सा, धरने सारे गायकां दे खलासे वी करूं, किहड़ा धरने ते गया किहड़ा नहीं, ओह गल्लां वी सुण लो, पहलां इह सुण लो। फिर एमी दियां 2019 सूट होईयां, हुण दा पड़ू मैं फिल्म दे पैसे लाया, मैं रिलीज़ कीती, एमी दा की कसूर आ? एमी दा जिवें आपां आरकेस्ट वाले नचा लवा लैंदे ओह चक्कर आ, मैं हुण एक्टरां मैनूं किन्ने च मर्जी खरीद के लै जाणा, ओह सिस्टम हो जांदा गा, ठीक आ। हुण उहनूं ओह की करे, फिल्मां रोक के किवें, जिहड़े प्रोड्यूसर ने पैसे लाए आ ओह रोकदे नहीं, उहने जे प्रोड्यूसर ने मान लो 50 करोड़ लाया ते उहनें 100 करोड़ बनाउणे वी आ, एमी दा की कसूर आ? हालांकि एमी ठोकर मारदा सारे कासे नूं, जे एमी हुण कोई फिल्म करूँ, एमी हुण भी कोई जी नाल काम करूँ, कुछ भी करूगा, मैं एमी दा मैं जलूस कढूँ एमी दा, जे एमी हुण कुछ करूँ ना मैं जलूस कढूँ। पर ओह गल्लां पहलां दी आपां नूं की पता सी वी बिल आउणगे? कमाल आ यार, मैनूं तां वी आउंदा, कदे तूं बोलदा नहीं आ, बोल पिया, अज्ज सारियां गल्लां करूँगा। हुण गल सुण लो, इंडस्ट्री दी, म्यूजिक इंडस्ट्री दी, मैं इंडस्ट्री दे विच रहिंदा, फिल्मी इंडस्ट्री 'च, इह इंडस्ट्री इन्नी सड़ी वी आ, इत्थे दा सानूं कोई हल मंगिया दे जू खेत 'च, माड़ा मोटा कहूँ भी चौ टुट्टी आ लै जा, फिर भी जवाब नहीं दिंदा जट भाई। पर आह इंडस्ट्री की गल सुन लो, इहदी म्यूजिक इंडस्ट्री की, यह इन्नी सड़ी भी इंडस्ट्री है, जिहड़ा माड़ा ताह चढ़दा ते मचदे आ मचदे, उहनां नूं भी बॉलीवुड 'च बंदा क्यों बागा, सारी इंडस्ट्री एक भी पोस्ट नहीं भाई, कोई गायक नहीं नाल खड़ा, सारे मची जांदे आ यार, ठीक है। फिर मैनूं ऐं भी पता भी अग किथों उठदी आ, किहने पोस्टां पाईआं, ठीक है, किहड़ा योधा किहड़ा नहीं, किहने किसानी, किहड़े गायक ने किसानी 'च कम कीता, किहने नहीं कीता, 1.5 साल हो गए सानूं फिरदिआं नूं, संभू मोर्चा लाया घट्टो घट्ट अद्धे गायक मूत मार के, भी साडे तां ईडी दे सापे वजदे आ, जिथे भी इहनां नूं फोन लाउंदे हुंदे सी, हुण तां जदों धरना वड्डा हो गया, पब्लिसिटी मिलण लग गई, हुण तां बार्डर नूं चल्लिआ है, इहनां नूं जिहनूं भी गायक नूं सी फोन लाउंदे हुंदे सी, लखा बाई भी नाल ही हुंदे, सारे हुंदे सी, हैना, सारी टीम हुंदी सीगी, ਉਹ ਤਾਂ ਪਰਚਿਆਂ ਤੋਂ ਡਰੀ ਜਾਂਦੇ ਸੀ, ਜਿਹੜੇ ਵੀ ਗਾਇਕ ਨੂੰ ਫੋਨ ਲਾਉਂਦੇ ਇੰਡਸਟਰੀ 'ਚ, ਬਾਈ ਮੇਰੇ ਤਾਂ ਯੂਡੀ 'ਤੇ ਸਾਪਾ ਵੱਜੂ, ਬਾਈ ਮੇਰੇ ਤਾਂ ਪਰਚਾ ਵੱਜੂ, ਮੈਂ ਬਾਹਰ ਜਾਣਾ। ਹੁਣ ਤਾਂ ਪਾਵਰ ਸਿਟੀ ਲੈਂਦੇ ਆ, ਵੱਡਾ ਧਰਨਾ ਹੋ ਗਿਆ, ਹੁਣ ਜਾਂਦੇ ਆ ਬਾਰਡਰਾਂ ਦੇ, ਸਾਰਾ ਕੁਝ ਕਰਦੇ ਆ ਯਾਰ, ਮੈਂ ਸਾਰੇ ਗਾਇਕਾਂ ਨੂੰ ਨਹੀਂ ਕਹਿੰਦਾ, ਯੋਗਦਾਨ ਵੀ ਬਹੁਤ ਆ, ਕਮਰ ਗਰੇਵਾਲ ਹੋ ਗਿਆ, ਹਰਫ ਜੀਮਾ ਹੋ ਗਿਆ, ਬਾਈ ਐਮੀ ਦਾ ਫੁੱਲ ਜੋਣ ਯੋਗਦਾਨ, ਐਮੀ ਮੈਨੂੰ ਰੋਜ਼ ਕਾਲਾਂ ਕਰਦਾ ਰਿਹਾ, ਜਿੱਧਰ ਬਾਰਡਰ ਟੁੱਟਦੇ ਸੀ ਮੈਨੂੰ ਕਹਿੰਦਾ ਸੀ ਲੈ ਬਾਰਡਰ ਦਿਖਾ, ਉੱਥੇ ਬਾਰਡਰ 'ਤੇ ਮੈਨੂੰ ਵੀਡੀਓ ਕਾਲਾਂ ਕਰਦਾ ਰਿਹਾ, ਐਮੀ ਅੱਗਰੀ ਦੇ ਪੈਸੇ ਦੇ ਕੇ ਆ, ਪੁਲਵਾਮਾ 'ਤੇ ਹਮਲਾ ਹੋਇਆ ਉੱਥੇ ਪੈਸੇ ਦਿੱਤੇ ਆ, ਹੜ੍ਹ ਆਏ ਉੱਥੇ ਦਿੱਤੇ ਆ, ਐਮੀ ਕਿਸੇ ਨੂੰ ਦੱਸਦਾ ਨਹੀਂ, ਥਾਂ ਥਾਂ 'ਤੇ ਦਾਨ ਕਰਦਾ ਗਾ, ਹਰ ਥਾਂ ਦਾਨ ਕਰਦਾ ਐਮੀ, ਹਰ ਥਾਂ ਦਾਨ ਕਰਦਾ। ਆਹ ਕਹਿੰਦਾ ਤੈਨੂੰ ਐਮੀ ਨੇ ਬੁਰਕੀ, ਕੀ ਬੁਰਕੀ ਪਾਤੀ? ਉਹ ਫਿਲਮ ਐਮੀ ਨਾਲ ਮੈਂ ਨਿੱਕਾ ਜਲਦਾ 3 ਬਹੁਤ ਚਿਰ ਪਹਿਲਾਂ ਕੀਤੀ ਸੀ, ਬੁਰਕੀ ਪਾਤੀ ਲਾ, ਉਹੀ ਗੱਲਾਂ ਕਰੀ ਜਾਂਦਾ, ਘਰੇ ਬੈਠੇ ਕਮੈਂਟ ਕਰਿਆ, ਜਾਣਾ ਬਾਰਡਰ 'ਤੇ, 1.5 ਸਾਲ ਹੋ ਗਏ ਸਾਨੂੰ ਇਹ ਕੰਮ 'ਚ ਅਸੀਂ, ਠੀਕ ਆ, ਜਿਹੜਾ ਮਰਜ਼ੀ ਆ ਜੇ ਮੈਂ ਬੋਲੂੰਗਾ ਯਾਰ, ਸੱਚਾਈ ਬੋਲੂੰ, ਕਹਿੰਦਾ ਤੂੰ ਠੇਕਾ ਰਹਿ ਰੱਖਿਆ ਸਾਰਿਆਂ ਦਾ, ਬੋਲਣਾ ਬੋਲੂੰਗਾ ਯਾਰ, ਤੁਸੀਂ ਮੇਰੇ 'ਤੇ ਇਲਜ਼ਾਮ ਕਰ ਲਾਉਂਦੇ ਹੋ ਵੀ ਐਮੀ ਨਾਲ ਤੂੰ ਫਿਲਮ ਕੀਤੀ। ਹੁਣ ਮੇਰੀ ਗੱਲ ਸੁਣ, ਲੋਕ ਕਹਿੰਦੇ ਜੀ ਟੀ ਵੀ 'ਤੇ ਗਿਆ, ਉਹ ਪਹਿਲਾਂ ਦਾ ਸਿਸਟਮ ਸੀ ਯਾਰ, ਸਾਰਾ ਅਗਲਾ ਕਚਹਿਰੀਆਂ ਸੈਨ ਕਰਾਉਂਦੇ ਆ, ਜਿਵੇਂ ਹੁਣ ਮੈਂ ਆਰਤੀ ਦੇ ਪਹਿਲਾਂ ਪੈਸੇ ਦੇਣੇ, ਉਹਨੇ ਮੈਥੋਂ ਲਿਖ ਕੇ ਲੈ ਲਿਆ ਵੀ ਰੰਧਾਵੇ ਆਹ ਚੱਕ, ਉਹ ਪ੍ਰਨੋਟ ਭਰਿਆ ਤੇਰੇ ਜੁੰਮੇ ਜਿਹਦੇ 'ਚ ਝੋਨਾ ਆ ਗਿਆ ਉਹਦੇ ਦੇਖੀ, ਉਹ ਸਾਰਾ ਲਿਖਿਆ ਹੁੰਦਾ ਯਾਰ ਕਚਹਿਰੀਆਂ 'ਚ, ਕਮਾਲ ਆ, ਪਹਿਲਾਂ ਦਾ ਸਾਰਾ ਸਿਸਟਮ, ਠੀਕ ਆ, ਕਮਾਲ ਹੋਈ ਜਾਂਦੀ ਹੈ। ਸਾਰੇ ਇਹ ਇੰਡਸਟਰੀਆਂ ਉਡੂਟਰੀਆਂ 'ਚ ਧੜੇ ਬਣੇ ਵਾ, ਸਾਰਾ ਕੁਝ ਪਤਾ ਮੈਨੂੰ, ਕਿਹੜਾ ਗਿਆ ਗਿਆ, ਕਿਹੜਾ ਨਹੀਂ, ਕਿਹੜਾ ਸੂਰਮਾ, ਕਿਹੜਾ ਨਹੀਂ, ਕਿਹੜੇ ਦਾ ਕਿੰਨਾ ਯੋਗਦਾਨ ਆ, ਸਾਰੇ ਕਹਿੰਦੇ ਈਡੀ ਦਾ ਸਾਪਾ ਵੱਜਦਾ ਜੀ, ਸਾਡੇ ਕੋਲ ਤਾਂ ਪੈਸੇ ਵਾਲੇ ਆ, ਸੱਚ ਤਾਂ ਫਸ ਜਾਂਗੇ ਸੈਂਟਰ ਸਰਕਾਰ ਵੱਲੋਂ। ਕੋਈ ਕਹਿੰਦਾ ਸੀਗਾ ਮੇਰੇ ਤਾਂ ਪਰਚਾ ਹੋ ਜੀ, ਮੈਥੋਂ ਬਾਹਰ ਨਹੀਂ ਜਾਂਦਾ, ਕੋਈ ਕਹਿੰਦਾ ਬੁੜੇ ਜੇ ਬੈਠੇ 4 ਧਰਨੇ 'ਤੇ, ਮੈਂ ਕੋਈ ਜਾਣਾ ਸਾਰੇ ਗਾਇਕਾਂ ਦੇ ਖੁਲਾਸੇ ਕਰ ਦੂੰ, ਸਾਰਿਆਂ ਦੇ ਸਬੂਤ ਪਿਆ, ਸਾਰਿਆਂ ਨੂੰ ਫੋਨ ਲਾਉਂਦੇ ਰਿਹਾ, ਕਿਹੜੇ ਨਾਲ ਖੜੇ ਆ ਕਿਹੜੇ ਨਹੀਂ, ਸਾਰਾ ਪਤਾ, 1.5 ਸਾਲ ਹੋ ਗਏ ਕੰਮ 'ਚ ਫਿਰਦੇ ਨੂੰ ਧਰਨੇ 'ਚ, ਕੀ ਨਹੀਂ ਪਤਾ, ਠੀਕ ਹੈ, ਚੱਕ ਕੇ ਕਹਿੰਦਾ ਰੰਧਾਵੇ ਨੇ ਐਮੀ ਨਾਲ ਕੀਤੀ ਆ, ਐਮੀ ਵਰਗਾ ਸਿਰਾ ਬੰਦਾ ਕੋਈ ਨਹੀਂ, ਕਿੱਥੇ ਨਹੀਂ ਖੜਿਆ ਐਮੀ, ਥਾਂ ਥਾਂ ਐਮੀ ਨੇ ਪੈਸੇ ਦਿੱਤੇ ਆ, ਪੁਲਵਾਮਾ ਦੇ ਹਮਲੇ 'ਚ ਉਹਨੇ ਦਿੱਤੇ, ਬਾਰਡਰ 'ਤੇ ਉਹਨੇ ਦਿੱਤੇ, ਕਿੱਥੇ ਨਹੀਂ ਦਿੱਤੇ, 24 ਘੰਟੇ ਧਰਨੇ ਕੰਨੀ ਰੱਖਦਾ ਸੀਗਾ, ਐਂ ਮੋਬਾਈਲ ਰੱਖਦਾ ਸੀ ਧਰਨੇ ਕੰਨੀ। ਫਿਰ ਬਟਾਲੇ ਰੈਲੀ ਹੋਈ ਪੂਰੀ ਵੱਡੀ, ਬਟਾਲੇ ਰੈਲੀ 'ਚ ਆਪਦੀ ਫਿਲਮ ਦਾ ਸੂਟ ਛੱਡ ਕੇ ਤੜਕੇ 6 ਵਜੇ ਪਹੁੰਚਿਆ, ਐਮੀ ਵਰਗਾ ਕੌਣ ਬਣ ਜੂ? ਫਿਰ ਮੇਰੀ ਲੈ ਮੈਨੂੰ ਚਮਚੇ ਤੁਸੀਂ ਹੋ, ਅਕਾਲੀ ਕਾਂਗਰਸੀਆਂ ਪਿੱਛੇ ਝੰਡੇ ਚੱਕੀ ਫਿਰਦੇ ਹਾਂ, ਮੈਨੂੰ ਸਾਰਾ ਪਤਾ, ਕੌਣ ਕਿੱਧਰ ਆ, ਸਾਰੀ ਇੰਡਸਟਰੀ ਦਾ ਪਤਾ, ਇੰਡਸਟਰੀ ਮੱਚਦੀ ਆ, ਅੱਧੀ ਉੱਧਰ ਅੱਧੀ ਉੱਧਰ ਆ, ਕੋਈ ਪਾਈ ਆ ਪੋਸਟ ਕਿਸੇ ਨੇ, ਸਭ ਪਤਾ ਮੈਨੂੰ ਵੀ ਉਹ ਬੰਦਾ ਬਾਲੀਵੁੱਡ 'ਚ ਕਿਉਂ ਵੱਗ ਗਿਆ, ਐਮੀ ਵਰਗਾ ਕੋਈ ਨਹੀਂ ਬਣ ਸਕਦਾ, ਮੇਰੇ ਤੇ ਨਾਲ ਜਾਮ ਜੇ ਲਾਓ ਵੀ ਤੇਰਾ, ਤੂੰ ਫਿਲਮ ਕੀਤੀ ਆ ਉਹਦੇ ਨਾਲ, ਤੂੰ ਤਾਂ ਹੱਕ 'ਚ ਬੋਲਦਾ, ਬੋਲੂੰਗਾ ਯਾਰ ਜਿੱਥੇ ਸਹੀ ਆ ਬੋਲੂੰਗਾ, ਐਮੀ ਭੂਆ ਦਾ ਮੁੰਡਾ ਨਹੀਂ, ਜਿੱਥੇ ਗਲਤ ਹੋਏ ਗਲਤ ਬੋਲੂੰਗਾ, ਖੜੇ ਆ ਨਾਲ ਐਮੀ ਦੀ ਯਾਰ, ਅੱਜ ਐਮੀ ਸਹੀ ਆ, ਪਹਿਲਾਂ ਦਾ ਸਾਰਾ ਲਿਖਤ ਲਿਖਿਆ ਹੋਇਆ ਪਿਆ,
ਇਹ ਤਾਂ ਫਿਰ ਮੇਰੀਆਂ ਨੇ ਜਿਹੜੀਆਂ ਪਿਛਲੀਆਂ ਲਹਿਰਾਂ ਬਣੀਆਂ ਸੀ ਉਹ ਤਾਂ ਹੀ ਫੇਲ ਹੋਈਆਂ ਜਿਹਦੇ ਵਿੱਚ ਸਰਾਰਤੀ ਅਨਸਰ ਰਲ ਜਾਂਦੇ ਆ। ਇਹ ਇਹਨਾਂ ਨੂੰ ਚਾਹੀਦਾ ਦੁਨੀਆਂ ਨੂੰ ਵੀ ਇਹਦਾ ਕੋਈ ਹੱਲ ਕੱਢਿਆ ਜਾਵੇ। ਆਂਦਾ ਗਾਇਕਾਂ ਨੂੰ ਧਰਨੇ ਨਾਲ ਤੋੜ ਰਹੇ ਆ, ਅਗਲੇ ਦਾ ਵਿਰੋਧ ਕਰ ਆ ਵਿੱਚ ਕਹੀ ਜਾਂਦਾ ਤੇਰਾ ਮੱਸੀ ਵਾਲਾ ਕਲਿੱਪ ਨਿੱਕਾ ਜਲਦਾਰ 3 'ਚ ਵਾਇਰਲ ਹੋਇਆ ਸੀ, ਫਿਰ ਕੀ ਹੁੰਦਾ ਕਾਲਾ ਯਾਰ ਹੋਰ ਹੀ ਕੱਚੀਆਂ ਗੱਲਾਂ ਕਰੀ ਜਾਂਦੇ ਹੋ। ਖੜੇ ਆ ਐਵੇਂ ਨਾਲ, ਠੀਕ ਆ ਬੋਲਾਂਗੇ ਸੱਚ ਦੇ, ਆਪਾਂ ਕਿ ਡਰਦੇ ਹਾਂ ਕਿਸ ਤੋਂ ਯਾਰ, ਜਿਹੜਾ ਸੱਚੀ ਗੱਲ ਬੋਲੂਗਾ। ਮੈਨੂੰ ਪਤਾ ਨਾ ਐਵੇਂ ਦਾ ਕਿੰਨਾ ਜੋਗਾ ਧਰਨੇ ਤੇ, ਕਿੰਨੇ ਵਾਰੀ ਗਿਆ ਗਾ। ਕਮਾਲ ਕਰੀ ਜਾਂਦੇ ਹੋ, ਕੋਈ ਬੰਦਾ ਯਾਰ ਛੱਡੋਗੇ ਤਾਂ ਸਹੀ, ਫਿਰ ਆਪਣੇ ਨਾਲ ਖੜੂ ਕੌਣ? ਠੀਕ ਹੈ ਕੱਲ ਹੀ ਕਾਂਗਰਸ ਸਿੰਬਲ ਦੇ ਝੰਡੇ ਚੱਕੀ ਫਿਰਦੇ ਹੋ, ਹੋਰ ਕਿੰਨਾ ਕੁਛ ਦਿਖਾ ਦੇਣਾ। ਜੀਓ ਦੇ ਸਿੰਮ ਚਲਾਈ ਨੋ, ਉਸੇ ਪੰਪਾਂ ਤੋਂ ਤੇਲ ਪਵਾਈ ਨੋ, ਆਹ ਮੌਲ ਰੋਕਾ ਹੀ ਰਿਲਾਇੰਸ ਵਾਲਾ ਬਠਿੰਡੇ, ਉਹ ਹੁਣ ਸੜਤਾ ਸਾਰੇ ਦਿੱਲੀ ਬਾਗੇ, ਉੱਥੋਂ ਸਮਾਨ ਲਈ ਜਾਂਦੇ ਹੋ। ਤੁਹਾਡਾ ਉਹਦਾ ਦੀਨ ਧਰਮ ਹੈਗਾ ਕੋਈ? ਹਾਲਾਂਕਿ ਮੈਂ ਕਹਿੰਦਾ ਗਾ ਐਮੀ ਦਾ ਸਾਰਾ, ਐਮੀ ਕੱਲ੍ਹ ਰੋਈਗਾ, ਸਾਰਾ ਕੋਈ ਦੱਸ ਗਿਆ ਵੀ ਕੀ ਸਹੀ ਹੈ, ਸਾਰਾ ਕੋਈ ਪਹਿਲਾਂ ਸੂਟ ਹੋਇਆ ਪਿਆ। ਫਿਰ ਕਹਿੰਦੇ ਕਾਬਲ ਦੇ ਸੋਚ ਗਿਆ, ਕਾਬਲ ਦਾ ਸੋ ਵਿੱਚ ਲਿਖਿਆ ਹੁੰਦਾ ਪ੍ਰਮੋਸ਼ਨ 'ਤੇ ਵੀ ਵਿੱਚ ਜਾਣਾ ਹੈਗਾ, ਜਾਣਾ ਪਊਗਾ, ਜੇ ਨਾ ਜਾਊ ਕਲੈਮ ਵੀ ਪਊ ਅਤੇ ਜੇਲ੍ਹ ਵੀ ਹੋਊ, ਸਾਰਾ ਕੁਛ ਹੋਊ, ਵਕੀਲਾਂ ਦਾ ਪੁੱਛ ਲਿਓ। ਮੈਨੂੰ ਕਹਿੰਦਾ ਤੇਰਾ ਨਿੱਕਾ ਜਿਹਾ 3 ਆਈ ਐਮੀ ਨਾ ਤਾਂ ਕਹਿਣਾ ਹੈਗਾ, ਕੀ ਗੱਲ ਹੈ ਯਾਰ, ਮੈਂ ਐਮੀ ਦੀ ਫੁੱਲ ਸਪੋਰਟ ਕਰੂੰਗਾ, ਪਾਲੋ ਜਿਹੜਾ ਮੇਰੇ ਵਿਰੁੱਧ ਪੋਸਟਾਂ ਪਾਉਣੀਆਂ। ਹੁਣ ਕਮੈਂਟ ਘਰੇ ਬਹਿ ਕੇ ਕਹਿੰਦੇ ਸਾਨੂੰ ਪਤਾ ਕਿਹਨੇ ਉੱਥੇ ਰਾਤਾਂ ਕੱਟੀਆਂ, ਕਿਹਨੇ ਨਹੀਂ ਕੱਟੀਆਂ, ਸਾਰਾ ਪਤਾ ਸਾਨੂੰ, ਕਿਹੜਾ ਉੱਥੇ ਗਿਆ ਧਰਨੇ, ਕਿਹੜਾ 1.5 ਸਾਲ ਦੇ ਫਿਰਦੇ ਹਾਂ। ਆਹ ਮੈਨੂੰ ਹੀ ਬੋਲੀ ਜਾਂਦੇ, ਬੋਲੀ ਜਾਓ, ਮੈਨੂੰ ਕੋਈ ਅਸਰ ਨਹੀਂ, ਆਪਾਂ ਗੱਲਾਂ ਜਿਹੜੀਆਂ ਗੱਲਾਂ ਕਰਨੀ ਉਹ ਸੱਚੀਆਂ ਕਰਾਂਗੇ, ਇੱਕ ਵੀ ਗੱਲ ਝੂਠ ਹੋਈ ਕਹਿ ਦਿਓ। ਕਮਾਲ ਹੋਈ ਪਈ ਆ ਯਾਰ, ਐਮੀ ਵਰਗਾ ਹੀਰਾ ਬੰਦਾ ਕੋਈ ਨਹੀਂ, ਸਾਧ ਨਹੀਂ, ਸਾਧ ਆ ਐਮੀ। ਐਮੀ ਨੇ ਕੀ ਕਹਿਤਾ, ਐਮੀ ਰੋਈ ਜਾਂਦਾ ਇੰਟਰਵਿਊ 'ਚ, ਠੀਕ ਆ। ਬਾਕੀ ਫਿਰ ਸੈਂਸਰ ਬਣਾ ਦੇਣ ਦੁਨੀਆਂ ਨਾਲੇ ਵੀ ਕਿਹੜਾ ਗਾਇਕ ਕੀ ਕੰਮ ਕਰ ਸਕਦਾ ਗਾ, ਸਾਰੇ ਗਾਇਕਾਂ ਦੀ ਇਕੱਲੀ ਇਕੱਲੀ ਗੱਲ ਦਾ ਪਤਾ ਮੈਨੂੰ, 1.5 ਸਾਲ ਹੋ ਗਏ, ਕਿਹੜਾ ਗਿਆ ਕਿਹੜਾ ਨਹੀਂ ਗਿਆ, ਇਕੱਲੇ ਇਕੱਲੇ ਸਬੂਤ ਆ, ਕਿਹੜਾ ਕਹਿੰਦਾ ਏਡੀ ਦਾ ਸਾਪਾ ਵੱਜਦਾ, ਕਿਹੜਾ ਕਹਿੰਦਾ ਪਰਚਾ ਪੈਜੂ ਬਾਹਰ ਨਹੀਂ, ਸਾਰੇ ਗਾਇਕਾਂ ਬਾਰੇ ਪਤਾ ਮੈਨੂੰ, ਸਾਰੇ ਬਾਰੇ ਕਿਹੜੇ ਐਮੀ ਦੇ ਜਲਸ ਮਹਿਸੂਸ ਕਰਦੇ, ਅੱਧੀ ਇੰਡਸਟਰੀ ਇੱਧਰ ਅੱਧੀ ਇੰਧਰ, ਸਾਰਾ ਕੁਝ ਪਤਾ। ਜੇ ਹਟੇ ਨੇ ਤਾਂ ਸਾਰਾ ਕੁਝ ਪਰਦੇ ਵੀ ਖੋਲੂੰਗਾ, ਠੀਕ ਹੈ, ਕਿੱਥੋਂ ਹਨੇਰੀ ਉੱਡਦੀ ਆ, ਕਿਵੇਂ ਪੋਸਟਾਂ ਮਿਲਦੀਆਂ, ਸਾਰਾ ਪਤਾ ਗਾ, ਠੀਕ ਆ। ਗੱਲ ਇਹ ਆ, ਕਰੀਏ ਉਹ ਜਿਹੜਾ ਕੋਈ ਕਰਨਾ, ਸਿੱਧੀਆਂ ਗੱਲਾਂ ਬੋਲੂੰਗਾ, ਜਦੋਂ ਵੀ ਬੋਲੂੰਗਾ ਹੱਕ ਸੱਚ ਤੁਰਨਾ ਵੀ ਨਹੀਂ ਭਾਜਦਾ, ਜਿੱਥੇ ਬੋਲਣਾ ਬੋਲੂੰਗਾ, ਠੀਕ ਆ। ਅਤੇ ਭਗਵੰਤ ਮਾਨ 'ਤੇ ਬੋਲਿਆ ਸੀ, ਜਿਹੜੇ ਸੱਚਿਆ ਬੋਲੂੰਗਾ, ਪਰਚਾ ਪੈਂਦਾ ਪਹਿਨਦੇ, ਅਸੀਂ ਪਰਚੇ ਪਵਾ ਲਏ, ਕਿੱਦਾਂ ਦੇ ਭੱਜੇ ਫਿਰਦੇ ਹਾਂ, ਤਾਂ ਵੀ ਤੁਹਾਡੀਆਂ ਉਹੀ ਗੱਲਾਂ, ਕੋਈ ਗੱਲ ਪਾਰਟੀ ਪੂਰਟੀ ਕੋਈ ਨਹੀਂ ਮੇਰੀ, ਸੱਚੀਆਂ ਗੱਲਾਂ ਕਰੂੰਗਾ, ਵੀਡੀਓ ਸ਼ੇਅਰ ਕਰਨੇ ਕਰ ਦਿਓ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।